ਡਿੱਗਣ ਡਿੱਗਣ ਦੀ ਰਫ਼ਤਾਰ ਇਨਸਾਨ ਦੀ ਦੌੜ ਤੋਂ ਵੀ ਤੇਜ਼ ਹੋ ਸਕਦੀ ਹੈ ਤੇ ਕਈਆਂ ਦੀ ਰਫ਼ਤਾਰ ਬਹੁਤ ਹੌਲੀ ਵੀ ਹੋ ਸਕਦੀ ਹੈ। ਇਹ ਦੁਨੀਆ ਦੀਆਂ ਸਭ ਤੋਂ ਆਮ ਭੂ ਵਿਗਿਆਨਿਕ ਘਟਨਾਵਾਂ ਹਨ ਜੋ ਇੰਡੋਨੇਸ਼ੀਆ, ਨੇਪਾਲ ਅਤੇ ਪਪੂਆ ਨਿਊ ਗਿਨੀ ਵਰਗੀਆਂ ਥਾਵਾਂ ਤੇ ਵਾਪਰ ਰਹੀਆਂ ਹਨ। 2024 ਦੇ ਵਿੱਚ ਟਿੱਗਣ ਡਿੱਗਣ ਕਰਕੇ ਇਥੋਪੀਆ ਦੇ ਵਿੱਚ 200 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ। ਲੰਘੇ 2 ਦਹਾਕਿਆਂ ਦੇ ਅੰਦਰ 48 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ 18,000 ਤੋਂ ਵੱਧ ਲੋਕ ਜ਼ਖਮੀ ਹੋਏ। ਮਾਹਰ ਕਹਿੰਦੇ ਹਨ ਕਿ ਮੌਸਮੀ ਤਬਦੀਲੀ ਅਤੇ ਵੱਧਦਾ ਤਾਪਮਾਨ ਟਿੱਗਣ ਡਿੱਗਣ ਦੀਆਂ ਵੱਧਦੀਆਂ ਘਟਨਾਵਾਂ ਦੀ ਵਜ੍ਹਾ ਹੈ। ਸਭ ਤੋਂ ਅਹਿਮ ਕਾਰਨ ਮੀਂਹ ਪੈਣਾ ਜਾਂ ਕਿਸੇ ਹੋਰ ਰੂਪ ਵਿੱਚ ਵਰਖਾ ਹੋਣਾ। ਇਹ ਬਰਫ਼ ਪਿਘਲਣ ਅਤੇ ਭੂਚਾਲ ਕਾਰਨ ਵੀ ਹੋ ਸਕਦਾ ਹੈ। ਲੋਕ ਵੀ ਖੁਦਾਈ ਕਰਕੇ ਟਿੱਗਾ ਡਿੱਗਣ ਦੀ ਵਜ੍ਹਾ ਬਣਦੇ ਹਨ। ਲੰਘੇ ਦਹਾਕੇ ਵਿੱਚ ਜੋ ਧਿਆਨ ਵਿੱਚ ਆਇਆ ਕਿ ਆਲਮੀ ਤਪਸ਼ ਵਧਣ ਦਾ ਵਿਆਪਕ ਅਸਰ ਪਿਆ। ਜੰਗਲ ਦੀ ਅੱਗ ਵੀ ਅਜਿਹਾ ਕਾਰਨ ਹੋ ਸਕਦੀ ਹੈ ਜਿਸ ਨਾਲ ਇਲਾਕੇ ਦਾ ਵਾਤਾਵਰਣ ਬਦਲ ਸਕਦਾ, ਜਿਸ ਕਾਰਨ ਟਿੱਗਾ ਡਿੱਗਣ ਦੀ ਘਾਤਕ ਸ਼ੁਰੂਆਤ ਹੋ ਸਕਦੀ ਹੈ। ਟਿੱਗਾ ਡਿੱਗਣਾ ਬਹੁਤ ਖਤਰਨਾਕ ਹੁੰਦਾ ਹੈ ਅਤੇ ਅਕਸਰ ਇਸ ਤੋਂ ਬਚਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜਿਵੇਂ ਕਿ ਦਰਖਤ ਟੁੱਟਣ ਦੀ ਆਵਾਜ਼ ਅਤੇ ਪੱਥਰਾਂ ਦਾ ਆਪਸ ਦੇ ਵਿੱਚ ਟਕਰਾਉਣਾ ਜਾਂ ਫਿਰ ਭਾਫ਼ ਦਾ ਸਾਫ਼ ਤੋਂ ਗੰਧਲਾ ਹੋਣਾ, ਇਸ ਦਾ ਮਤਲਬ ਹੋ ਸਕਦਾ ਹੈ ਕਿ ਟਿੱਗਾਂ ਡਿੱਗਣ ਵਾਲੀਆਂ ਹਨ। ਕੁਝ ਚੀਜ਼ਾਂ ਹਨ ਜੋ ਤੁਸੀਂ ਹਾਦਸੇ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਕਰ ਸਕਦੇ ਹੋ। ਤੁਹਾਨੂੰ ਪਤਾ ਹੋਵੇ ਕਿ ਇਸ ਥਾਂ ਉੱਤੇ ਟਿੱਗਾਂ ਡਿੱਗ ਸਕਦੀਆਂ ਹਨ, ਜਿਵੇਂ ਕਿ ਜਿੱਥੇ ਪਹਿਲਾਂ ਟਿੱਗਾਂ ਡਿੱਗੀਆਂ ਹੋਣ ਜਾਂ ਫਿਰ ਭਵਿੱਖ ਵਿੱਚ ਅਜਿਹਾ ਵਾਪਰ ਸਕਦਾ ਹੋਵੇ। ਇਹ ਬਹੁਤ ਸੌਖਾ ਅਤੇ ਮਹੱਤਵਪੂਰਨ ਹੈ। ਟਿੱਗਾਂ ਡਿੱਗਣ ਵੇਲੇ ਬਚਾਅ ਲਈ ਉੱਤੇ ਵਾਲੇ ਪਾਸੇ ਤੁਰਨਾ ਚਾਹੀਦਾ, ਮਤਲਬ ਜੇਕਰ ਤੁਸੀਂ ਪਹਿਲੀ ਮੰਜ਼ਿਲ ਉੱਤੇ ਹੋ ਤਾਂ ਉੱਪਰਲੀ ਮੰਜ਼ਿਲ ਉੱਤੇ ਜਾਣਾ ਸਭ ਤੋਂ ਸੁਰੱਖਿਅਤ ਹੋਵੇਗਾ, ਅਤੇ ਜੇਕਰ ਤੁਸੀਂ ਉੱਤੇ ਨਹੀਂ ਜਾ ਸਕਦੇ ਤਾਂ ਕਿਸੇ ਅੰਦਰਲੀ ਥਾਂ ਉੱਤੇ ਜਾਣਾ ਚਾਹੀਦਾ ਜੋ ਢਾਂਚੇ ਵਜੋਂ ਮਜ਼ਬੂਤ ਹੋਵੇ। ਇਸ ਦੀ ਮਿਸਾਲ ਇੱਕ ਅਲਮਾਰੀ ਜਾਂ ਫਿਰ ਕੋਈ ਛੋਟਾ ਕਮਰਾ ਹੋ ਸਕਦਾ। ਆਖਰ ਤੇ ਮਦਦ ਲਈ ਆਵਾਜ਼ ਮਾਰੋ, ਛੇਤੀ ਕੋਈ ਕਾਰਵਾਈ ਕਰਦੇ ਹੋਏ। ਮਦਦ ਮਿਲਣ ਤੱਕ ਆਵਾਜ਼ਾਂ ਮਾਰਦੇ ਰਹੋ, ਤੁਸੀਂ 12 ਗੁਣਾ ਵੱਧ ਟਿੱਗਾਂ ਤੋਂ ਬਚਣ ਵਿੱਚ ਸਫਲ ਹੋ ਸਕਦੇ ਹੋ।